ਅੱਜ ਸਾਡੇ ਵਿਚਕਾਰ ਜਿੱਥੇ ਬਾਕੀ ਸਾਰੇ ਬੈਂਕ ਦੇ ਸਾਥੀ ਸ਼ਾਮਿਲ ਹੋਏ ਉਹਦੇ ਨਾਲ ਸਾਨੂੰ ਮਨਜੀਤ ਸਿੰਘ ਜੀ ਸਾਡੇ ਡਿਪਟੀ ਜਨਰਲ ਮੈਨੇਜਰ ਸੀ ਐਸ ਪੀ ਐਸ ਬਾਜਵਾ ਜੀ ਜੋਨ ਮੈਨੇਜਰ ਜੀ ਐਸ ਐਸ ਅਰੋੜਾ ਜੀ ਜੋਨ ਮੈਨੇਜਰ ਸਰਭਜਨ ਸਿੰਘ ਜੀ ਅਸਿਸਟੈਂਟ ਜਨਰਲ ਮੈਨੇਜਰ ਵੀ ਸਾਡੇ ਵਿਚਕਾਰ ਅੱਜ ਪਰਿਵਾਰ ਨੂੰ ਸਾਂਝਾ ਕਰਨ ਆਏ ਹੈ। ਮੈਂ ਬੇਨਤੀ ਕਰੂੰਗਾ ਸ਼੍ਰੀ ਆਨੰਦ ਮਹਿਤਾ ਜੀ ਨੂੰ ਸਾਡੇ ਪੰਜਾਬ ਬੈਂਕ ਦੇ ਪ੍ਰਿੰਸੀਪਲ ਵੀ ਸਾਡਾ ਚੰਦ ਸਾਸੋਂ ਦਾ ਸਫ਼ਰ ਜੈਸੇ ਕਿ ਨੀਂਦ ਕੇ ਪੁਤਲੇ ਦਾ ਸਮੁੰਦਰ ਮੈਂ ਸਫ਼ਰ ਅੱਜ ਇਸ ਸ਼ੋਕ ਸਭਾ ਜਿਹੜੀ ਸਾਡੀ ਭਾਬੀ ਜੀ ਦਿਲੀਪ ਕੌਰ ਜੀ ਅੱਜ ਦੁਨੀਆ ਤੋਂ ਵਿਛੋੜਾ ਦੇ ਕੇ ਚਲੇ ਗਏ ਨੇ ਔਰ ਅਸੀਂ ਇਸ ਸ਼ੋਕ ਦੇ ਵਿੱਚ ਜਿਹੜੇ ਸਾਡੇ ਭਾਈ ਸਰਦਾਰ ਸੁਰਿੰਦਰਪਾਲ ਸਿੰਘ ਜੀ ਵਿਰਕ ਔਰ ਉਹਨਾਂ ਦਾ ਪਰਿਵਾਰ ਲਿਖਤਾ ਅੱਜ ਉਹਨਾਂ ਨਾਲ ਸਹਾਨੁਭੂਤੀ ਕਰਨਾ ਹੈ। ਸਮਾਜ ਦੇ ਵਿੱਚ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਸਾਥੀਆਂ ਨੇ ਇਹ ਦੱਸਿਆ ਕਿ ਮਾਂ ਦੀ ਕੀ ਮਾਤਾ ਹੈ, ਸਮਾਜ ਦੀ ਕੀ ਮਾਤਾ ਹੈ। ਪਰ ਸ਼ਾਸਤਰਾਂ 'ਚ ਲਿਖਿਆ ਗਿਆ ਕਿ ਪ੍ਰਾਰਥਨਾ ਜਿਹੜੀ ਹੈ ਇੱਥੇ ਅਸੀਂ ਜਿਹੜੀ ਕਰ ਰਹੇ ਹਾਂ ਉਹ ਪਰਮ ਪਿਤਾ ਵਾਹਿਗੁਰੂ ਲਈ ਇਹ ਪ੍ਰਾਰਥਨਾ ਕਰ ਰਹੇ ਹਾਂ ਕਿ ਸਾਡੀ ਵਿਛੜੀ ਹੋਈ ਬਾਬੀ ਨੂੰ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਵੇ। ਪਰ ਇਹ ਸੁਣਿਆ ਗਿਆ ਕਿ ਇਤਿਹਾਸ ਇਹ ਕਹਿੰਦਾ ਔਰ ਇਸ ਗੱਲ ਦਾ ਸਾਖੀ ਹੈ ਕਿ ਜਿਹੜੀ ਸਮੂਹਿਕ ਪ੍ਰਾਰਥਨਾ ਹੈ ਉਹਨੂੰ ਪਰਮਾਤਮਾ ਉਹਨੂੰ ਵਾਹਿਗੁਰੂ ਜਿਹੜਾ ਹੈ ਉਹ ਨਜ਼ਦੀਕ ਤੋਂ ਸੁਣਦਾ ਹੈ। ਅੱਜ ਸੁਰਿੰਦਰਪਾਲ ਸਿੰਘ ਜੀ ਵਿਰਕ ਦੇ ਬੱਚਿਆਂ ਦੀ ਜੋ ਭਾਵਨਾ ਹੈ, ਸਰਦਾਰ ਦੇ ਭਰਾ ਸੁਰਿੰਦਰਪਾਲ ਸਿੰਘ ਜੀ ਦੀ ਜੋ ਭਾਵਨਾ ਹੈ, ਜੋ ਜਜ਼ਬਾਤ ਨੇ, ਉਹਨਾਂ ਦਾ ਕਹਿੰਦੇ ਕਿ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਬਰਾਈ। ਜਿਸ ਇਨਸਾਨ ਦਾ ਜਿੰਨਾ ਰਿਸ਼ਤਾ ਜਿੰਨੀ ਨਜ਼ਦੀਕੀ ਹੁੰਦੀ ਹੈ ਉਨਾ ਹੀ ਉਹ ਮਹਿਸੂਸ ਕਰ ਸਕਦਾ ਹੈ ਕਿ ਇਹ ਦੁੱਖ ਜਿਹੜਾ ਹੈ ਇਹ ਵਿਛੋੜਾ ਹੈ, ਇਹਦਾ ਜਿਹੜਾ ਆਘਾਤ ਹੈ, ਇਹਦਾ ਜਿਹੜਾ ਤਾਪ ਹੈ ਉਹ ਕਿੰਨਾ ਗਹਿਰਾ ਹੈ। ਮੈਂ ਜ਼ਿਆਦਾ ਨਾ ਕੁਛ ਕਹਿੰਦਿਆਂ ਹੋਇਆ ਆਪਣੀ ਆਰਗੇਨਾਈਜੇਸ਼ਨ ਪੰਜਾਬ ਇੰਪਲਾਈਜ਼ ਫੈਡਰੇਸ਼ਨ ਵੱਲੋਂ, ਆਲ ਇੰਡੀਆ ਪੀ ਐਮ ਬੀ ਇੰਪਲਾਈਜ਼ ਫੈਡਰੇਸ਼ਨ ਵੱਲੋਂ ਔਰ ਆਪਣੇ ਵੱਲੋਂ ਵਿਰਕ ਸਾਹਿਬ ਦੇ ਨਾਲ ਆਪਣਾ ਦੁੱਖ ਸਾਂਝਾ ਕਰਦਾ ਔਰ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਨੂੰ ਇਹ ਅਰਦਾਸ ਕਰਦਾ ਕਿ ਵਿਛੜੀ ਰੂਹ ਨੂੰ ਤੁਹਾਡੀ ਬਾਬੀ ਜੀ ਦੀ ਕੁਲਦੀਪ ਕੌਰ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇ। ਓਮ ਸ਼ਾਂਤੀ ਸ਼ਾਂਤੀ। ਸਰ ਨੇਕ ਸਿੰਘ ਜੀ, ਜਨਰਲ ਸੈਕਟਰੀ ਰਿਟਾਇਰਡ ਯੂਨੀਅਨ ਚੰਡੀਗੜ੍ਹ ਤੋਂ ਅਤੇ ਜਨਰਲ ਸੈਕਟਰੀ ਪੰਜਾਬ ਆਫਿਸਰ ਯੂਪੀ ਜੀ ਤੋਂ ਵੀ ਸਾਡੇ ਕੋਲ ਸ਼ੋਕ ਵਰਤੇ ਪਹੁੰਚੇ ਹੋਏ ਹੈ। ਇਹਦੇ ਨਾਲ ਨਾਲ ਸਾਡੇ ਕੋਲ ਜਿਹੜੇ ਮੌਜੂਦਾ ਸਾਥੀ ਵਰਤੇ ਆਏ ਆ, ਸਰ ਜਗਵੰਤ ਸਿੰਘ ਜੀ ਅੰਮ੍ਰਿਤਸਰ ਤੋਂ, ਆਲ ਇੰਡੀਆ ਪੰਜਾਬ ਸਿੰਘ ਆਫਿਸਰ ਫੈਡਰੇਸ਼ਨ ਦੇ ਪ੍ਰਧਾਨ ਨੇ, ਅਤੇ ਸ਼੍ਰੀ ਸ਼ੋਕ ਕੁਮਾਰ ਜੀ ਜਿਹੜੇ ਕਿ ਪ੍ਰੈਜੀਡੈਂਟ ਹੈ ਪੰਜਾਬ ਸਿੰਘ ਪੰਜਾਬ ਸਟਾਫ ਆਫਿਸਰ ਫੈਡਰੇਸ਼ਨ ਦੇ ਪ੍ਰਧਾਨ ਹੈ ਪੰਜਾਬ ਦੇ, ਉਹ ਹਾਜ਼ਰ ਹਨ ਸਾਡੇ ਕੋਲ। ਅਤੇ ਹੋਰ ਵੀ ਸਾਰੇ ਪਰਿਵਾਰ ਨਾਲ ਦਾਦੀ ਪ੍ਰਗਟ ਕਰਨ ਆਏ ਹੈ, ਉਹਨਾਂ ਦੇ ਨਾਮ ਵੀ ਪ੍ਰਬੰਧਨ ਜੀ ਪੁੱਛਣ ਲਈ ਮੈਂ ਬੇਟੀ ਨੂੰ ਬਹੁਤ ਵਾਹਿਗੁਰੂ ਜੀ ਦਾ ਖਾਲਸਾ। ਅੱਜ ਅਸੀਂ ਬਹੁਤ ਹੀ ਦੁਖੀ ਕਰਦੇ ਦੇ ਨਾਲ ਸਾਡੇ ਸਾਥੀ ਸਰਦਾਰ ਸੁਰਿੰਦਰਪਾਲ ਸਿੰਘ ਜੀ ਵਿਰਕ, ਉਹਨਾਂ ਦੀ ਧਰਮ ਪਤਨੀ ਜੀ ਸ਼੍ਰੀਮਤੀ ਗੁਰਦੀਪ ਕੌਰ ਜੀ ਨੇ ਆਤਮਿਕ ਸ਼ਾਂਤੀ ਦੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਹੋਇਆ। ਮੇਰੇ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਬਾਣੀ ਦੇ ਵਿੱਚ ਔਰ ਜੋ ਵਕਤਾ ਸੀਗੇ ਉਹਨਾਂ ਨੇ ਇਹ ਗੱਲ ਕੀਤੀ ਹੈ ਔਰ ਇਹ ਅਟਲ ਸੱਚਾਈ ਹੈ, ਜਿਸ ਇਨਸਾਨ ਨੇ ਧਰਤੀ ਦੇ ਉੱਤੇ ਜਨਮ ਲਿਆ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਪਏਗਾ। ਲੇਕਿਨ ਇਹ ਜਿਹੜੀ ਘਟਨਾ ਹੈ ਬਹੁਤ ਹੀ ਦੁਖਦਾਈ ਹੈ, ਕਿਉਂਕਿ ਜ਼ਿੰਦਗੀ ਦੇ ਉਸ ਮੋੜ ਦੇ ਉੱਤੇ ਜਦੋਂ ਇਨਸਾਨ ਨੂੰ ਆਪਣੇ ਸਾਥੀ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ, ਉਸ ਮੋੜ ਦੇ ਉੱਤੇ ਜਿਹੜਾ ਵਿਛੋੜਾ ਹੈ ਉਹ ਬਹੁਤ ਹੀ ਦੁਖਦਾਈ ਹੁੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਲੀ ਮੈਂ ਬੈਠੀ ਸਾਧ ਸੰਗਤ ਜੀ, ਮਾਤਰ ਸ਼ਕਤੀ, ਬਜ਼ੁਰਗੋ, ਹਮ ਉਮਰ ਸਾਥੀਓ, ਆਜ ਬਹੁਤ ਹੀ ਦੁੱਖ ਔਰ ਸ਼ੋਕ ਕੀ ਘੜੀ ਹੈ ਕਿ ਹਮਾਰੇ ਸਾਥੀ ਸਰਦਾਰ ਐਸ ਪੀ ਐਸ ਵਿਰਕ, ਉਨਕੀ ਧਰਮ ਪਤਨੀ ਹਮਾਰੀ ਬਾਬੀ ਜੀ ਸ਼੍ਰੀਮਤੀ ਗੁਰਦੀਪ ਕੌਰ, ਜੋ ਕਿ ਅਚਾਨਕ ਹੀ ਇਸ ਦੁਨੀਆ ਸੇ ਚਲੀ ਗਈ ਹੈ। ਔਰ ਇਸ ਦੁੱਖ ਕੀ ਘੜੀ ਮੈਂ, ਜਬਕਿ ਇਸ ਸਮੇਂ ਮੈਂ ਸਾਥੀ ਕੋ ਉਨਕੀ ਬਹੁਤ ਜ਼ਰੂਰਤ ਥੀ, ਕਿਉਂਕਿ ਪਿਛਲੇ 40 ਸਾਲ ਜੋ ਸਾਥੀ ਨੇ ਨਿਕਾਲੇ ਹੈ ਵੋ ਤੋ ਮੈਕਸੀਮਮ ਟਾਈਮ ਇਸਨੇ ਯੂਨੀਅਨ ਮੈਂ ਲੋਕ ਕੀ ਸੇਵਾ ਮੈਂ ਨਿਕਾਲਾ। ਰਿਟਾਇਰਮੈਂਟ ਕੇ ਬਾਅਦ ਸਾਥੀ ਇਹ ਉਮੀਦ ਕਰ ਰਹਾ ਥਾ ਕਿ ਮੇਰੇ ਬੱਚੇ ਬਾਹਰ ਹੈ, ਮੈਂ ਆਪਣੀ ਫੈਮਲੀ ਕੇ ਸਾਥ ਵਹਾਂ ਪਰ ਉਨਕੇ ਸੁੱਖ ਉਨਕੇ ਦੁੱਖ ਮੈਂ ਵਹਾਂ ਪਰ ਖੜਾ ਹੂੰਗਾ ਔਰ ਯੇ ਜ਼ਿੰਦਗੀ ਆਰਾਮ ਸੇ ਗੁਜ਼ਰੇਗੀ। ਮਗਰ
शायद वाहेगुरु को कुछ और मंजूर था और जिस वजह से उनका अचानक चलाना हो गया, देहांत हो गया। मैं वाहेगुरु परमात्मा से उम्मीद और प्रार्थना करता हूँ कि वाहेगुरु परमात्मा जी इनकी रूह को अपने चरणों में वास देंगे और जो परिवार है उनको ये जो दुख अचानक आया है उसको सहने की शक्ति देंगे। आने वाले दिनों में परिवार के ऊपर पूरा कृपा का हाथ रखेंगे ताकि ये परिवार आगे पल मिल सके। वाहेगुरु जी का खालसा, वाहेगुरु। बताइए संकट आया, मेरे परिवार समाज के कई लक्षण आ रखा। अज चंद्रपाल देव जी को बहुत बड़ा घाटा पिया। हमारी कर्मपत्नी श्रीमती कुलदीप कौर जी इस छोटी उम्र के चले गए। उन्होंने जो बच्चों को भी बहुत घाटा पिया। गुरप्रीत और गगन देव को अपनी माता का बहुत ज़्यादा घाटा पिया। इस परिवार के नाल मेरा बहुत पुराना संबंध है और एक साहब हमेशा समाज एक्टिव रहे, चाहे उन्होंने सर्विस बैंक के भी, पर बैंक तो बाहर भी इन्होंने एक्टिविटीज बहुत ज़्यादा सी और साढ़े नाल बड़ी पुरानी शान है। और चाहे इन्होंने वेलफेयर सोसाइटी की गल कर लीए, मोहल्ले के एक्टिविटीज की गल कर लीए, और उस एक्टिविटी के जो असं इन्हों घर जाते थे इन्होंने मिसेज हर बंद खड़े मिलते स्वागत करते थे। उन्होंने जो मिलनसार मिलनसार जो स्वभाव से वो अपने आप के विकसा उन्होंने ताकत दिता से कि उस समाज और अचानक एक सदमा जो बहुत ही बड़ा सदमा इस परिवार के बच्चों ने वो लगा है। वो सदमा जरा है वो पूर्ति नहीं हो सकती। जो लॉस ब्रिक साहब में होया वाकई ही बड़ा काफ़ी उदू असं फॉर टाइम नहीं कर सकते। ब्रिक फैमिली नाल मेरा अपना परसनल पिछला 33 साल पुराना मेरा रिश्ता इन्हों रहा है। इन्होंने बच्चे मेरे बच्चे इकट्ठे असी इन्होंने खेलते रहने एक दूजे के घर। मैं ब्रिक साहब न जिस लैवल तो उसने देखे उन्होंने मैं जिनी मेहनत इन्होंने बैंक वास्ते बैंक 1.5 मिलियन वास्ते की हैगी शायद वो साड़ी प्रजाई का बड़ा वाला हथ है। बेनती प्रदान करो कि पावन दवाना की संपूर्ण समाप्ति का बड़ा उपया Thank you.
समाज की की माता है पर शास्त्रा च लिखा गया है कि प्रार्थना जी है इतने असी जी कर रहे हैं वह परम पिता वाहगुरु लिए प्रार्थना कर रहे हैं कि साड़ी विछड़ी हुई बाबी नू दी रूह नू अपने चरणों के स्थान दे दे। पर सुनिया गया कि इतिहास यह कहता है और इस बात का साक्षी है कि जी समूहिक प्रार्थना है उन्होंने परमात्मा उन्होंने वाहगुरु जोड़ा है वह नज़दीक तो सुनता है। अज सुरिंदरपाल सिंह जी विरक के बच्चों की जो भावना है सरदार के भरा सुरिंदरपाल सिंह जी की जो भावना है जो जज्बात ने उन्होंने कहते कि जिस तन लागे सो तन जाने कौन जाने पीठ बराई जिस इंसान का जिन्ना रिश्ता जिनी नज़दीकी होती है उन्ना ही वह महसूस कर सकता है ये दुख जोड़ा है ये विछोड़ा है यदा जोड़ा आघात है यदा जोड़ा ताव है और कि गहरा है। मैं ज़्यादा ना कुछ कहना हो अपनी ऑर्गेनाइजेशन पंजाब एम्प्लाइज फैडरेशन वालों ऑल इंडिया पी एम इंप्लाइज फैडरेशन वालों और अपने वालों फिर साहब के नाल अपना दुख साझा करता और परम पिता परमात्मा वाहेगुरु में यह अरदास करता कि बिछड़ी रूह में ताड़ी बाबी जी की कुलदीप कौर जी की रूह में अपने चरणों के स्थान पर ओम शांति शांति। सर अनेक सिंह जी जनरल सैकटरी रिटायर्ड यूनियन चंडीगढ़ को जनरल सैकटरी पंजाब नौकरी संगठन यूनिट जी तो भी साढ़े को शुरू करते पहुंचे हुए हैं ये साढ़े को जो मिलता साथी बड़े आए सर जगवंत सिंह जी अमृतसर को ऑल इंडिया पंजाब समय फैडरेशन के प्रधान हैं तो श्री शोक कुमार जी जो कि प्रेजिडेंट है पंजाब समय पंजाब स्टाफ ऑफिस जो फैडरेशन के प्रधान हैं पंजाब के वो हाजिर हैं साढ़े को होर भी सारे परिवार नादी प्रगट करना आए हैं उन्होंने नाम भी मैं बेटी हूँ बहुत अज असी बहुत ही दुखी करते दे नाल साढ़े साथी सरदार सुरिंदरपाल सिंह जी विरक उन्हां दी धर्मपत्नी जी श्रीमती गुरदीप कौर जी ने आत्मिक शांति दे अंतिम अरदास दे विच शामिल हो गए थे। मेरे तो पहला जिस तरह के बाणी दे विच और
ਜੋ ਵਕਤਾ ਸੀਗੇ ਉਹਨਾਂ ਨੇ ਇਹ ਗੱਲ ਕੀਤੀ ਹੈ ਔਰ ਇਹ ਅਟਲ ਸੱਚਾਈ ਹੈ। ਜਿਸ ਇਨਸਾਨ ਨੇ ਧਰਤੀ ਦੇ ਉੱਤੇ ਜਨਮ ਲਿਆ ਹੈ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਪਏਗਾ, ਲੇਕਿਨ ਇਹ ਜਿਹੜੀ ਘਟਨਾ ਹੈ ਬਹੁਤ ਹੀ ਦੁਖਦਾਈ ਹੈ, ਕਿਉਂਕਿ ਜ਼ਿੰਦਗੀ ਦੇ ਉਸ ਮੋੜ ਦੇ ਉੱਤੇ ਜਦੋਂ ਇਨਸਾਨ ਨੂੰ ਆਪਣੇ ਸਾਥੀ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਉਸ ਮੋੜ ਦੇ ਉੱਤੇ ਜਿਹੜਾ ਵਿਛੋੜਾ ਹੈ ਉਹ ਬਹੁਤ ਹੀ ਦੁਖਦਾਈ ਹੁੰਦਾ। ਆ ਕੇ ਇੱਕ ਇਨਸਾਨ ਕੀ ਕਰਦਾ ਹੈ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਔਰ ਸ਼੍ਰੀਮਤੀ ਗੁਰਦੀਪ ਕੌਰ ਜਿਨ੍ਹਾਂ ਨੇ ਦੇਸ਼ ਦੇ ਸਦਕਾ ਅੱਜ ਉਹ ਸਮਾਜ ਦੇ ਅੰਦਰ ਇੱਕ ਬਹੁਤ ਹੀ ਸੈਟਲਡ ਨੇ ਔਰ ਉਹਨਾਂ ਨੇ ਆਪਣੇ ਪਤੀ ਸ਼੍ਰੀ ਵਿਰਕ ਜੀ ਨਾ ਕੇਵਲ ਪੰਜਾਬ ਸਿੱਖ ਬੈਂਕ ਦੇ ਔਰ ਹਿੰਦੁਸਤਾਨ ਭਰ ਦੇ ਜਿਹੜੇ ਬੈਂਕ ਮੁਲਾਜ਼ਮ ਨੇ ਪਤੀ ਦਾ ਬਹੁਤ ਵੱਡਾ ਸਹਿਯੋਗ ਸੀਗਾ ਇਹਦੇ ਸਦਕਾ। ਇਹ ਜਦੋਂ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਸਥਾਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵੀ ਸਾਡੇ ਸਾਹਿਬ ਹਨ, ਮੈਂ ਬੇਨਤੀ ਕਰੂੰਗਾ ਕੁਲੀਨ ਗੋਇਲ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਲੀ ਮੈਂ ਬੈਠੀ ਸਾਸਰ ਲੈ ਮਾਤਰ ਸ਼ਕਤੀ ਬਜ਼ੁਰਗੋ ਹਮ ਹਮਾਰੇ ਸਾਥੀਓ, ਅੱਜ ਬਹੁਤ ਹੀ ਦੁੱਖ ਔਰ ਸ਼ੋਕ ਕੀ ਘੜੀ ਹੈ ਕਿ ਹਮਾਰੇ ਸਾਥੀ ਸਰਦਾਰ ਐਸ ਕੇ ਸਿਰ ਉਨਕੀ ਧਰਮ ਪਤਨੀ ਹਮਾਰੀ ਭਾਬੀ ਜੀ ਸ਼੍ਰੀਮਤੀ ਗੁਰਦੀਪ ਕੌਰ ਜੋ ਕਿ ਅਚਾਨਕ ਹੀ ਇਸ ਦੁਨੀਆ ਸੇ ਚਲੀ ਗਈ ਹੈ ਔਰ ਇਸ ਦੁੱਖ ਕੀ ਘੜੀ ਮੈਂ ਜਬਕਿ ਇਸ ਸਮੇਂ ਮੈਂ ਸਾਥੀ ਕੋ ਉਨਕੀ ਬਹੁਤ ਜ਼ਰੂਰਤ ਥੀ ਕਿਉਂਕਿ ਪਿਛਲੇ 40 ਸਾਲ ਜੋ ਸਾਥੀ ਨੇ ਨਿਕਾਲੇ ਹੈ ਉਹ ਤੋਂ ਮੈਕਸੀਮਮ ਟਾਈਮ ਇਸਨੇ ਯੂਨੀਅਨ ਮੈਂ ਲੋਕ ਕੀ ਸੇਵਾ ਮੈਂ ਨਿਕਾਲਾ। ਰਿਟਾਇਰਮੈਂਟ ਕੇ ਬਾਅਦ ਸਾਥੀ ਇਹ ਉਮੀਦ ਕਰ ਰਹਾ ਥਾ ਕਿ ਮੇਰੇ ਬੱਚੇ ਬਾਹਰ ਹੈ ਮੈਂ ਆਪਣੀ ਫੈਮਲੀ ਕੇ ਸਾਥ ਵਹਾਂ ਪਰ ਉਨਕੇ ਸੁੱਖ ਮੈਂ ਉਨਕੇ ਦੁੱਖ ਮੈਂ ਵਹਾਂ ਪਰ ਖੜਾ ਹੂੰਗਾ ਔਰ ਇਹ ਜ਼ਿੰਦਗੀ ਆਰਾਮ ਸੇ ਗੁਜ਼ਰੇਗੀ, ਮਗਰ ਸ਼ਾਇਦ ਵਾਹਿਗੁਰੂ ਕੋ ਕੁਛ ਹੋਰ ਮਨਜ਼ੂਰ ਥਾ ਔਰ ਜਿਸ ਵਜ੍ਹਾ ਸੇ ਉਨਕਾ ਅਚਾਨਕ ਚਲਾਨਾ ਹੋ ਗਿਆ ਦੇਹਾਂਤ ਹੋ ਗਿਆ। ਮੈਂ ਵਾਹਿਗੁਰੂ ਪਰਮਾਤਮਾ ਸੇ ਉਮੀਦ ਔਰ ਪ੍ਰਾਰਥਨਾ ਕਰਦਾ ਹੂੰ ਕਿ ਵਾਹਿਗੁਰੂ ਪਰਮਾਤਮਾ ਜੀ ਇਨਕੀ ਰੂਹ ਕੋ ਆਪਣੇ ਚਰਨੋਂ ਰਵਾਜ ਦੇਂਗੇ ਔਰ ਜੋ ਪਰਿਵਾਰ ਹੈ ਉਨਕੋ ਇਹ ਜੋ ਦੁੱਖ ਅਚਾਨਕ ਆਇਆ ਹੈ ਉਸਕੋ ਸਹਿਨੇ ਕੀ ਸ਼ਕਤੀ ਦੇਂਗੇ। ਆਨੇ ਵਾਲੇ ਦਿਨੋਂ ਮੇਂ ਪਰਿਵਾਰ ਕੇ ਉੱਪਰ ਪੂਰਾ ਕਿਰਪਾ ਕਾ ਹਾਥ ਰੱਖੇਂਗੇ ਤਾਂ ਕਿ ਇਹ ਪਰਿਵਾਰ ਅੱਗੇ ਪਲ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਦੁੱਖ ਦੀ ਘੜੀ ਹੈ, ਮੇਰੇ ਪਰਿਵਾਰ ਦੇ ਉੱਤੇ ਬਹੁਤ ਭਾਰੀ ਇਹ ਮੁਸੀਬਤ ਆਈ ਹੈ, ਸੰਕਟ ਆਇਆ। ਮੇਰੇ ਪਰਿਵਾਰ ਸਮਾਜ ਦੇ ਉੱਤੇ ਆਪਣੀ ਵਿਲੱਖਣ ਥਾਂ ਰੱਖਦਾ। ਅੱਜ ਚੰਦਰਪਾਲ ਦੇਵ ਜੀ ਨੂੰ ਬਹੁਤ ਬੜਾ ਘਾਟਾ ਪਿਆ, ਮਨ ਧਰਮ ਪਤਨੀ ਸ਼੍ਰੀਮਤੀ ਕੁਲਦੀਪ ਕੌਰ ਜੀ ਛੋਟੀ ਉਮਰ ਦੇ ਵਿੱਚ ਚਲੇ ਗਏ, ਉਹਨਾਂ ਦੇ ਜਿਹੜੇ ਬੱਚਿਆਂ ਨੂੰ ਵੀ ਬਹੁਤ ਘਾਟਾ ਪਿਆ। ਗੁਰੂ ਜੀ ਗੁਰਗਰਨ ਦੇਵ ਨੂੰ ਆਪਣੀ ਮਾਤਾ ਦਾ ਬਹੁਤ ਜ਼ਿਆਦਾ ਘਾਟਾ ਪਿਆ। ਇਸ ਪਰਿਵਾਰ ਦੇ ਨਾਲ ਮੇਰਾ ਬਹੁਤ ਪੁਰਾਣਾ ਸੰਬੰਧ ਹੈ ਔਰ ਇੱਕ ਸਾਹਿਬ ਹਮੇਸ਼ਾ ਸਮਾਜ ਦੇ ਵਿੱਚ ਐਕਟਿਵ ਰਹੇ, ਚਾਹੇ ਉਹਨਾਂ ਦੀ ਸਰਵਿਸ ਬੈਂਕ ਦੇ ਵਿੱਚ ਸੀ ਪਰ ਬੈਂਕ ਤੋਂ ਬਾਹਰ ਵੀ ਇਹਨਾਂ ਦੀ ਐਕਟੀਵਿਟੀਜ਼ ਜਿਹੜੀਆਂ ਬਹੁਤ ਜ਼ਿਆਦਾ ਸੀ ਔਰ ਸਾਡੇ ਨਾਲ ਬੜੀ ਪੁਰਾਣੀ ਸਾਂਝ। ਔਰ ਚਾਹੇ ਇਹਨਾਂ ਦੇ ਵੈਲਫੇਅਰ ਸੈਟੀ ਦੀ ਗੱਲ ਕਰ ਲਈਏ, ਮੁਹੱਲੇ ਦੇ ਵਿੱਚ ਇਹਨਾਂ ਦੀ ਐਕਟੀਵਿਟੀਜ਼ ਦੀ ਗੱਲ ਕਰ ਲਈਏ, ਔਰ ਉਸ ਐਕਟੀਵਿਟੀ ਦੇ ਵਿੱਚ ਜਦੋਂ ਅਸੀਂ ਇਹਨਾਂ ਦੇ ਘਰ ਜਾਂਦੇ ਸੀ ਇਹਨਾਂ ਦੇ ਵਿੱਚ ਹਰ ਬੰਦੇ ਦੇ ਖੜ੍ਹੇ ਦੇਖੇ ਸਵਾਗਤ ਕਰਦੇ ਸੀ। ਉਹਨਾਂ ਦਾ ਜਿਹੜਾ ਮਿਲਣਸਾਰ ਜਿਹੜਾ ਸੁਭਾਅ ਸੀ ਉਹ ਆਪਣੇ ਆਪ ਦੇ ਵਿੱਚ ਵਿਕਸਾ ਉਹਨਾਂ ਨੂੰ ਕਰਦਾ ਦਿੰਦਾ ਸੀ ਕਿ ਉਹ ਸਮਾਜ ਦੀ ਸੇਵਾ ਕਰ ਸਕੇ ਔਰ ਉਹਦੇ ਸਦਕਾ ਹੀ ਉਹਨਾਂ ਨੇ ਬੈਂਕ ਦੇ ਵਿੱਚ ਵੀ ਐਜ਼ ਏ ਜੂਨੀਅਰ ਲੀਡਰ ਸੇਵਾ ਕਰਦੇ ਆ, ਹੁਣ ਵੀ ਬਿਹਤਰ ਕਰਦੇ ਆ। ਔਰ
अचानक एक सदमा या बहुत ही बड़ा सदमा इस परिवार ने बच्चे ने वो लगा है वो सदमा जो है पूरी पूर्ति नहीं हो सकती। अज असी इकट्ठे हुए हाँ पापी भरजाई बीबी कुलदीप कौर जिन्हों ने अचानक ठाक से अस सारे इकट्ठे होके मेरे भा सुरिंदरपाल सिंह विरक उन्होंने इकट्ठे हुए हैं जोड़ा लॉस विरक साहब को होया वाकई ही बड़ा काफ़ी उदों असं वन टाइम नहीं कर सकते। विरक फैमिली नाल मेरा अपना परसनल पिछला 33 साल पुराना मेरा रिश्ता इन्हों रहा है इन्ह के बच्चे मेरे बच्चे इकट्ठे असी इन्होंने खेलते रहने एक दूजे के घर तो मैं विरक साहब को जिस लैवल तो उसने देखे उन्होंने मैं जिनी मेहनत इन्होंने बैंक वास्ते बैंक ट्रेड यूनियन वास्ते की हैगी शायद वो साड़ी प्रजाई का बड़ा वाला हथ है। मैं अपनी वालों तो PSB फैमिली वालों विरक साहब मैं नाल खड़ा मैं तो दुख का प्रगटावा करना तो अभी सारे अरदास करने कि महाराज गुरु महाराज पिछड़ी आत्मा को अपने चरणा मुबारक बख्शे। वाहिगुरू का खालसा बेनती प्रवान करो जी पावन दवाना की संपूर्ण समाप्ति का बुलाव कर Thank you.